ਧਰਮ ਜਾਤ ਸੰਸਾਰਵਾਦ ਤੋਂ ਉੱਤੇ ਉੱਠ ਗਿਆ, ਜਿਸ ਨਾਲ ਵਿਰੋਧ ਕੀਤਾ ਵਾ। ਨਾਲ ਹੀ ਅਸੀਂ ਤਮਾਮ ਆਵਾਮ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਭਾਰਤ ਦੇਸ਼ ਦਾ ਤਿਰੰਗਾ ਝੰਡਾ ਵਾ, ਸਾਡੇ ਦੇਸ਼ ਦੀ ਸ਼ਾਨ ਆ, ਉਹ ਝੰਡੇ ਦੇ ਵਿੱਚ ਤਿੰਨ ਰੰਗ ਆ। ਜੇ ਅਸੀਂ ਉਹਨੂੰ ਕਹੀਏ ਵੀ ਉਹਦੇ ਵਿੱਚ ਚਾਰਾ ਰੰਗ ਕੱਢ ਦਈਏ, ਇੱਕ ਰੰਗ ਉਹਦੇ ਵਿੱਚ ਘਟਾ ਦਈਏ, ਅਤੇ ਫਿਰ ਅਸੀਂ ਕਹੀਏ ਅਸੀਂ ਆਪਣੇ ਦੇਸ਼ ਦਾ ਝੰਡਾ ਲਹਿਰਾਉਣਾ ਚਾਹੁੰਦੇ ਹਾਂ, ਇਹ ਸਾਡੇ ਲਈ ਬਹੁਤ ਭੈੜੀ ਗੱਲ ਹੋਊਗੀ। ਸਾਡੀ ਆਤਮਾ ਵਾ ਜਿਹੜੀਆਂ, ਸਾਡੇ ਸੰਵਿਧਾਨ ਦੀ ਆਤਮਾ ਵਾ, ਉਹਨੂੰ ਬੜੀ ਵੱਡੀ ਠੇਸ ਪਹੁੰਚੂਗੀ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਤਮਾਮ ਆਵਾਮ ਨੂੰ ਵੀ ਇਹ ਜਿਹੜਾ ਬਿੱਲ ਦਾ ਵਿਰੋਧ ਕੀਤਾ ਜਾਵੇ, ਕਿਉਂਕਿ ਇਹ ਜਿਹੜਾ ਬਿੱਲ ਆ ਮੁਸਲਿਮ ਭਾਈਚਾਰੇ ਨੂੰ ਇਹ ਕਹਿ ਕੇ ਲਾਗੂ ਕੀਤਾ ਗਿਆ ਵਾ ਵੀ ਜਿਹੜੇ ਬਾਂਗਲਾਦੇਸ਼, ਅਫਗਾਨਿਸਤਾਨ, ਪਾਕਿਸਤਾਨ ਦੇ ਜਿਹੜੇ ਮੁਸਲਮਾਨ ਆਉਣਗੇ ਉਹਨਾਂ ਨੂੰ ਪਰਮਿਟ 12 ਸਾਲ ਬਾਅਦ ਦਿੱਤਾ ਜਾਊਗਾ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਆਪਣੇ ਦੇਸ਼ ਨੂੰ ਨਿਰਪੱਖ ਦੇਸ਼ ਕਹਿੰਦੇ ਹਾਂ, ਪਰ ਅਸੀਂ ਜਿਹੜੇ ਇਹ ਨਿਰਪੱਖਤਾ ਦੇ ਵਿੱਚ ਅਸੀਂ ਇੱਕ ਧਰਮ ਨੂੰ ਕੱਟ ਦਈਏ ਫਿਰ ਅਸੀਂ ਆਪਣੇ ਦੇਸ਼ ਨੂੰ ਨਿਰਪੱਖ ਦੇਸ਼ ਨਹੀਂ ਕਹਿ ਸਕਦੇ। ਅਤੇ ਮੈਂ ਸਮਝਦਾ ਇਹ ਬਾਬਾ ਸਾਹਿਬ ਦੀ ਸੋਚ ਨੂੰ ਔਰ ਬਾਬਾ ਸਾਹਿਬ ਦੇ ਦਿੱਤੇ ਗਏ ਸੰਵਿਧਾਨ ਨੂੰ ਸਭ ਤੋਂ ਵੱਡੀ ਠੇਸ ਪਹੁੰਚੀ ਆ। ਅਤੇ ਤਮਾਮ ਆਵਾਮ ਨੂੰ ਬੇਨਤੀ ਆ ਵੀ ਧਰਮ ਜਾਤ ਲਿੰਗ ਆਧਾਰ ਤੋਂ ਉੱਤੇ ਉੱਠ ਕੇ ਇਹਦਾ ਵਿਰੋਧ ਕੀਤਾ ਜਾਵੇ, ਤਾਂ ਹੀ ਅਸੀਂ ਇੱਕ ਵਧੀਆ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਇਹਨਾਂ ਸ਼ਬਦਾਂ ਨਾਲ ਜੈ ਵਾਲਮੀਕੀ, ਜੈ ਰਵਿਦਾਸ, ਜੈ ਭੀਮ, ਜੈ ਲੰਕੇਸ਼।